ਵੈਲਕਮ ਟੂ ਦਿਸ ਐਪੀਸੋਡ ਆਫ ਦ ਹਰਪ੍ਰੀਤ ਸਿੰਘ ਸ਼ੋ। ਅੱਜ ਦੇ ਸੈਗਮੈਂਟ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਾਵਾਂਗੇ ਚੰਦਨ ਸਭਰਵਾਲ ਨਾਲ, ਜਿਹੜੇ ਕਿ ਇੱਕ ਨਾਮਵਰ ਫੈਮਿਲੀ ਲੋਇਰ ਹਨ। ਅੱਜ ਆਓ ਇਹਨਾਂ ਤੋਂ ਜਾਣਕਾਰੀ ਲੈਂਦੇ ਹਾਂ ਕਿ ਪ੍ਰੋਟੈਕਸ਼ਨ ਆਰਡਰਸ ਕੀ ਹੁੰਦੇ ਨੇ। ਇਹ ਜਦੋਂ ਮਹਿਮਾਨ ਸਾਡੇ ਕੋਲ ਆਉਂਦੇ ਨੇ ਤਾਂ ਅਸੀਂ ਬੇਸਿਕ ਲੇਮੈਨਸ ਲੈਂਗੁਏਜ ਇਹਨਾਂ ਨਾਲ ਗੱਲਬਾਤ ਕਰਦੇ ਹਾਂ, ਅਤੇ ਕੰਪਲੈਕਸ ਇਸ਼ੂਜ਼ ਬਾਰੇ ਜੇਕਰ ਤੁਸੀਂ ਕੋਈ ਜਾਣਕਾਰੀ ਲੈਣੀ ਹੋਏ ਤਾਂ ਡਾਇਰੈਕਟਲੀ ਇਹਨਾਂ ਨਾਲ ਗੱਲਬਾਤ ਵੀ ਕਰ ਸਕਦੇ ਹੋ। ਸੋ ਅੱਜ ਜਾਣਕਾਰੀ ਲੈਣੇ ਕਿ ਪ੍ਰੋਟੈਕਸ਼ਨ ਆਰਡਰਸ ਕੀ ਹੁੰਦੇ ਨੇ, ਕਿਹੜੀ ਚੀਜ਼ਾਂ ਦਾ ਸਾਨੂੰ ਧਿਆਨ ਹੋਣਾ ਚਾਹੀਦਾ ਹੈ ਜੇਕਰ ਕੋਈ ਪ੍ਰੋਬਲਮ ਪਈ ਹੋਏਗੀ। ਸਵਾਗਤ ਕਰਦੇ ਹਾਂ ਚੰਦਨ ਸਭਰਵਾਲ ਦਾ। ਜੈਨ ਜੀ, ਵੈਲਕਮ ਟੂ ਦ ਪ੍ਰੋਗਰਾਮ। ਥੈਂਕ ਯੂ ਸੋ ਮਚ। ਥੈਂਕ ਯੂ। ਸੋ ਪ੍ਰੋਟੈਕਸ਼ਨ ਆਰਡਰਸ, ਜਿਹਨਾਂ ਨੂੰ ਕਿ ਪਹਿਲੇ ਰਿਸਟ੍ਰੇਨਿੰਗ ਆਰਡਰਸ ਕਿਹਾ ਜਾਂਦਾ ਸੀ ਜੀ, ਇਹ ਕੀ ਹੁੰਦੇ ਨੇ, ਕਦੋਂ ਇਹ ਲਾਗੂ ਹੁੰਦੇ ਨੇ, ਅਤੇ ਇਹਦੇ 'ਚ ਕਿਹੜੀ ਚੀਜ਼ਾਂ ਦਾ ਧਿਆਨ ਰੱਖਣ ਦੀ ਲੋੜ ਹੈ? ਸੋ ਪ੍ਰੋਟੈਕਸ਼ਨ ਆਰਡਰਸ ਜਿਹੜੇ ਹੁੰਦੇ ਨੇ, ਉਹ ਕਿਸੇ ਵੀ ਟਾਈਮ 'ਤੇ ਜਦੋਂ ਫੈਮਿਲੀ ਲਾਅ ਦਾ ਕੇਸ ਚੱਲਦਾ ਹੋਏ ਅਸੀਂ ਕੋਰਟ ਨੂੰ ਅਰਜ਼ੀ ਕਰ ਸਕਦੇ ਹਾਂ ਜੀ। ਇਹਨਾਂ ਦਾ ਮਕਸਦ ਇਹ ਹੈ ਕਿ ਅਗਰ ਕਿਸੇ ਨੂੰ ਡਰ ਹੈ ਕਿ ਦੂਸਰੀ ਪਾਰਟੀ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਪਹੁੰਚਾਏਗੀ, ਫਿਜ਼ੀਕਲ ਹੋ ਗਿਆ ਜਾਂ ਉਹਨਾਂ ਨੂੰ ਡਰ ਹੈ ਕਿ ਇਹਨੇ ਆ ਕੇ ਮੈਨੂੰ ਡਰਾਉਣਾ ਹੈ, ਧਮਕਾਉਣਾ ਹੈ, ਦੈਨ ਉਹ ਪ੍ਰੋਟੈਕਸ਼ਨ ਆਰਡਰ ਦੀ ਮੰਗ ਕੋਰਟ ਤੋਂ ਕਰ ਸਕਦੇ ਨੇ। ਓਕੇ। ਜ਼ਿਆਦਾਤਰ ਕੀ ਹੁੰਦਾ ਹੈ, ਜਦੋਂ ਸ਼ੁਰੂਆਤ ਹੁੰਦੀ ਹੈ ਕਿਸੇ ਵੀ ਕੇਸ ਦੀ, ਔਰ ਕਈਆਂ ਨੂੰ ਡਰ ਹੁੰਦਾ ਹੈ ਕਿਉਂਕਿ ਐਂਡ ਇਟਸ ਜਨਰਲੀ ਜਿਹੜੀਆਂ ਔਰਤਾਂ ਹੁੰਦੀਆਂ ਨੇ, ਅਗਰ ਉਹਨਾਂ ਦਾ ਆਲਰੇਡੀ ਅਬਿਊਸਿਵ ਰਿਲੇਸ਼ਨਸ਼ਿਪ ਹੋਵੇ ਜੀ, ਅਤੇ ਉਹਨਾਂ ਨੂੰ ਡਰ ਹੁੰਦਾ ਹੈ ਕਿ ਓਕੇ ਅਗਰ ਮੈਂ ਹੁਣ ਇਹਨੂੰ ਛੱਡ ਦਿੱਤਾ ਅਤੇ ਇਹ ਡਿਵੋਰਸ ਦੇ ਜਾਂ ਸੈਪਰੇਸ਼ਨ ਦੇ ਪੇਪਰ ਵੇਖ ਕੇ ਭੜਕ ਕੇ ਮੈਨੂੰ ਕੋਈ ਨੁਕਸਾਨ ਨਾ ਪਹੁੰਚਾਵੇ। ਰਾਈਟ। ਜਾਂ ਫਿਰ ਆਲਰੇਡੀ ਕਈ ਕੇਸਿਸ ਦੇ ਵਿੱਚ ਅਗਰ ਦੇਰ ਇਜ਼ ਐਨੀ ਸੋਰਟ ਆਫ ਚਾਰਜਸ, ਪੁਲਿਸ ਦੇ ਚਾਰਜਸ ਹੋਣ ਅਸੋਲਟ ਦੇ, ਐਟਰਿੰਗ ਥਰੈਟਸ ਦੇ, ਅਤੇ ਆਪਾਂ ਨੂੰ ਡਰ ਹੋਵੇ ਕਿ ਓਕੇ ਉੱਥੇ ਚਾਰਜ ਲੱਗੇ ਹੋਏ ਨੇ, ਆਲਰੇਡੀ ਘਰੋਂ ਬਾਹਰ ਹੈ, ਕਿਤੇ ਹੁਣ ਮੈਨੂੰ ਮੈਂ ਇਹ ਸੈਪਰੇਸ਼ਨ ਦਾ ਸ਼ੁਰੂ ਕਰ ਦਿੱਤਾ ਜਾਂ ਡਿਵੋਰਸ ਦਾ ਸ਼ੁਰੂ ਕਰ ਦਿੱਤਾ ਕੇਸ, ਅਤੇ ਮੈਨੂੰ ਆ ਕੇ ਕੁਝ ਪਰੇਸ਼ਾਨ ਨਾ ਕਰੇ ਜਾਂ ਮੈਨੂੰ ਜਾਂ ਬੱਚਿਆਂ ਨੂੰ ਕਿਸੇ ਤਰ੍ਹਾਂ ਤਰੀਕੇ ਨਾਲ ਹਾਰਮ ਨਾ ਕਰੇ। ਸੋ ਉਸ ਕੇਸ ਦੇ ਵਿੱਚ ਵੀ ਪ੍ਰੋਟੈਕਸ਼ਨ ਆਰਡਰ ਜਿਹੜੇ ਨੇ ਉਹ ਅਸੀਂ ਵਿਦਆਊਟ ਨੋਟਿਸ ਦੱਸੇ ਬਗੈਰ ਕੇਸ ਸ਼ੁਰੂ ਕਰਦੇ ਵਕਤ ਸੇਮ ਸਮੇਂ 'ਤੇ ਜਦੋਂ ਹੀ ਕੇਸ ਫਾਈਲ ਕਰਨਾ ਹੈ ਉਸ ਦਿਨ ਹੀ ਜਾ ਕੇ ਕੋਰਟ ਦੇ ਮੋਹਰੇ ਜਿਹੜੀ ਅਰਜ਼ੀ ਹੈ ਉਹ ਕਰ ਦੇ ਦੀ ਹੈ ਕਿ ਇਹਨਾਂ ਨੂੰ ਡਰ ਹੈ, ਮੇਰੇ ਕਲਾਇੰਟ ਨੂੰ ਡਰ ਹੈ ਕਿ ਅਗਰ ਦੂਸਰੀ ਪਾਰਟੀ ਨੂੰ ਜਦੋਂ ਵੀ ਪਤਾ ਲੱਗੇਗਾ ਇਸ ਕੇਸ ਬਾਰੇ, ਕਿਉਂਕਿ ਹੁਣ ਤਾਂ ਸ਼ੁਰੂ ਕਰ ਦਿੱਤਾ, ਉਹਨਾਂ ਨੂੰ ਪੇਪਰ 'ਤੇ ਪਹੁੰਚਾਉਣੇ ਹੀ ਨੇ ਅਸੀਂ, ਅਤੇ ਉਹ ਭੜਕ ਕੇ ਕੁਝ ਇਹਨਾਂ ਨੂੰ ਨੁਕਸਾਨ ਨਾ ਪਹੁੰਚਾ ਦੇ ਜਾਂ ਬੱਚਿਆਂ ਨੂੰ ਲੈ ਕੇ ਨਾ ਚਲੇ ਜਾਣ ਕਿਤੇ, ਕਿਉਂਕਿ ਅਲੋਟ ਆਫ ਦਾ ਟਾਈਮਸ ਇਹ ਹੁੰਦਾ, ਡਰ ਹੁੰਦਾ ਕਿ ਓਕੇ ਬੱਚੇ ਸਕੂਲ ਜਾ ਰਹੇ ਨੇ, ਇਹ ਪੇਪਰ ਮਿਲਣਗੇ ਤਾਂ ਉਹ ਬੱਚੇ ਉੱਥੋਂ ਸਕੂਲੋਂ ਚੱਕ ਕੇ ਕਿਤੇ ਲੈ ਨਾ ਜਾਣ, ਮੇਰੇ ਤੋਂ ਰੱਖ ਨਾ ਲੈਣ। ਠੀਕ ਹੈ। ਸੋ ਇਹ ਸਾਰੇ ਡਰ ਜਿਹੜੇ ਹੁੰਦੇ ਨੇ ਉਹਨਾਂ ਨੂੰ ਪੈਸੀਫਾਈ ਕਰਨ ਲਈ ਇਸ ਤਰੀਕੇ ਦਾ ਆਰਡਰ ਜਿਹੜਾ ਉਹ ਆਪਾਂ ਲੈ ਸਕਦੇ ਹਾਂ। ਠੀਕ। ਸੋ ਪ੍ਰੋਟੈਕਸ਼ਨ ਆਰਡਰ ਜਿਹੜੇ ਜਨਰਲੀ ਹੁੰਦੇ ਨੇ ਉਹਦੇ ਵਿੱਚ ਆਪਾਂ ਡਿਫਰੈਂਟ ਤਰੀਕੇ ਦੀ ਜਿਹੜੀ ਕੋਰਟ ਤੋਂ ਰਿਲੀਫ ਮੰਗ ਸਕਦੇ ਹਾਂ। ਇੱਕ ਤਾਂ ਹੈ ਕਿ ਸਾਡੇ ਘਰ ਨਾ ਆਵੇ, ਜਿੱਥੇ ਬੱਚਿਆਂ ਦੇ ਨਾਲ ਜੋ ਵੀ ਔਰਤ ਹੈ ਆਦਮੀ ਉਹ ਰਹਿੰਦੇ ਨੇ ਉੱਥੇ ਨਾ ਆਵੇ ਦੂਜੀ ਪਾਰਟੀ, ਅਗਰ ਆਏਗੀ ਉਹ ਅਰੈਸਟ ਹੋ ਜਾਣਗੇ। ਠੀਕ ਹੈ। ਕਈ ਵਾਰੀ ਅਗਰ ਬਹੁਤ ਜ਼ਿਆਦਾ ਅਬਿਊਜ਼ ਦੀ ਹੈਗੀ ਹੈ ਹਿਸਟਰੀ ਦੈਨ ਕੋਰਟ ਇਹ ਵੀ ਆਰਡਰ ਲਾ ਸਕਦੀ ਹੈ ਕਿ ਤੁਸੀਂ ਲਾਗੂ ਕਰ ਸਕਦੀ ਹੈ ਕਿ ਤੁਸੀਂ ਕਿਤੇ ਵੀ ਜਿੱਥੇ ਉਹ ਦੂਜਾ ਪਰਸਨ ਕੰਮ ਕਰਦਾ ਹੈ ਜਾਂ ਸਕੂਲ ਜਾਂਦਾ ਹੈ, ਜਿੱਥੇ ਵੀ ਉਹਨਾਂ ਨੇ ਹੋਣਾ ਹੈ ਤੁਸੀਂ ਉੱਥੇ ਬਿਲਕੁਲ ਨਹੀਂ ਜਾਣਾ। ਠੀਕ ਹੈ। ਠੀਕ ਹੈ। ਸੋ ਇਸ ਤਰੀਕੇ ਦੇ ਜਿਹੜੇ ਆਰਡਰ ਨੇ ਉਹ ਆਪਾਂ ਲੈ ਸਕਦੇ ਹਾਂ। ਠੀਕ ਹੈ। ਹਾਊਐਵਰ ਇਸ ਜਿਹੜੇ ਆਰਡਰਸ ਹੁੰਦੇ ਨੇ ਪ੍ਰੋਟੈਕਸ਼ਨ ਆਰਡਰ ਇਹ ਹਮੇਸ਼ਾ ਵਾਸਤੇ ਲਾਗੂ ਨਹੀਂ ਹੁੰਦੇ। ਰਾਈਟ। ਇਹਨਾਂ ਦੀ ਜਨਰਲੀ ਟਾਈਮ ਲਿਮਿਟ ਹੁੰਦੀ ਹੈ। ਓਕੇ। ਸਪੈਸ਼ਲੀ ਅਗਰ ਅਸੀਂ ਦੱਸੇ ਬਗੈਰ ਇਹ ਆਰਡਰ ਲੈਂਦੇ ਹਾਂ। ਸੋ ਜੱਜਸ ਹੁਣ ਜੋ ਕਰ ਰਹੇ ਨੇ ਜ਼ਿਆਦਾਤਰ ਉਹ ਇਹ ਹੁੰਦਾ ਹੈ ਕਿ ਉਹ ਕਹਿ ਦੇਣਗੇ ਕਿ ਓਕੇ ਇਹ ਦੋ ਹਫ਼ਤਿਆਂ ਵਾਸਤੇ ਲਾਗੂ ਹੈ, ਪੇਪਰ ਪਹੁੰਚਾ ਦਿਉ ਅਤੇ ਦੋ ਹਫ਼ਤਿਆਂ ਦੇ ਵਿੱਚ ਉਹ ਵੀ ਇੱਥੇ ਕੋਰਟ ਦੇ ਵਿੱਚ ਪੇਸ਼ ਹੋਣ ਅਤੇ ਤੁਸੀਂ ਵੀ ਹੋਵੋ। ਠੀਕ ਹੈ। ਅਤੇ ਉਸ ਵੇਲੇ ਫਿਰ ਕੋਰਟ ਉਹਨਾਂ ਦੀ ਦੂਜੀ ਸਾਈਡ ਦਾ ਜਿਹੜੇ ਵੀ ਉਹਨਾਂ ਦੇ ਬਿਆਨ ਹੋਣਗੇ ਉਹਨਾਂ ਨੂੰ ਪੜ੍ਹ ਕੇ ਅਤੇ ਫਿਰ ਕੋਰਟ ਦੇਖੇਗੀ ਕਿ ਕੀ ਇਹ ਆਰਡਰ ਜਾਇਜ਼ ਨੇ, ਕਿ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਹੀ ਰੱਖੀਏ ਜਾਂ ਇਹਨਾਂ ਨੂੰ ਖਤਮ ਕਰ ਦੇਈਏ। ਸੋ ਜਿਹੜੇ ਲੋਟ ਆਫ ਪਾਰਟੀਜ਼ ਜਿਹੜੇ ਮੇਰੇ ਕੋਲ ਆਉਂਦੇ ਨੇ, ਲੋਟ ਆਫ ਕਲਾਇੰਟਸ ਜਾਂ ਪੋਟੈਂਸ਼ੀਅਲ ਕਲਾਇੰਟਸ, ਮੈਂ ਉਹਨਾਂ ਨੂੰ ਹਮੇਸ਼ਾ ਇਹ ਕਹਿੰਦੀ ਹੁੰਦੀ ਹਾਂ ਕਿ ਇਟਸ ਨੋਟ ਈਜ਼ੀ, ਪ੍ਰੋਟੈਕਸ਼ਨ ਆਰਡਰ ਲੈਣੇ ਔਖੇ ਨੇ, ਇੰਨੀ ਆਸਾਨੀ ਨਾਲ ਨਹੀਂ ਮਿਲਦੇ। ਕੋਰਟ ਨੂੰ ਇਹ ਸੈਟਿਸਫਾਈ ਕਰਨਾ ਪੈਂਦਾ, ਦੱਸਣਾ ਪੈਂਦਾ ਹੈ ਕਿ
ਪਿੱਛੇ ਹਿਸਟਰੀ ਹੈ ਅਬਿਊਸ ਦੀ, ਰਾਈਟ, ਕਿਉਂ ਡਰ ਹੈ ਤੁਹਾਨੂੰ, ਰਾਈਟ, ਕਿਸ ਤਰੀਕੇ ਦੇ ਜਿਹੜੇ ਇੰਸੀਡੈਂਟ ਹੋਏ ਨੇ ਉਹ ਕੀ ਹੋਏ ਨੇ, ਮਾਰਿਆ ਕੁੱਟਿਆ ਹੈ ਤਾਂ ਕਿਸ ਤਰ੍ਹਾਂ ਮਾਰਿਆ ਕੁੱਟਿਆ ਹੈ, ਤੁਹਾਡੇ ਨਾਲ ਗਾਲੀ ਗਲੋਚ ਕੀਤੀ ਹੈ ਤਾਂ ਕੀ ਹੋਇਆ, ਕੀ ਹੋਇਆ ਹੈ, ਤੁਹਾਨੂੰ ਧਮਕੀਆਂ ਦਿੱਤੀਆਂ ਨੇ, ਕਦੋਂ ਦਿੱਤੀਆਂ ਨੇ, ਕਿਉਂ ਦਿੱਤੀਆਂ ਨੇ, ਅਤੇ ਮੋਸਟ ਇੰਪੋਰਟੈਂਟਲੀ ਅਗਰ ਤੁਹਾਡੇ ਨਾਲ ਹਿਸਟੋਰੀਕਲੀ ਅਬਿਊਸ ਹੁੰਦਾ ਆ ਰਿਹਾ ਤਾਂ ਤੁਸੀਂ ਪੁਲਿਸ ਦੀ ਰਿਪੋਰਟ ਕੀਤੀ, ਠੀਕ, ਅਗਰ ਨਹੀਂ ਕੀਤੀ ਤਾਂ ਕਿਉਂ ਨਹੀਂ ਕੀਤੀ, ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਕੋਰਟ ਦੇ ਜਾਂ ਜੱਜ ਦੇ ਮਨ ਵਿੱਚ ਆਉਣਗੀਆਂ, ਉਹ ਪੁੱਛਣਗੇ ਇਹ ਗੱਲਾਂ। ਅਗਰ ਅਸੀਂ ਕਹਿੰਦੇ, ਅਗਰ ਕਲਾਇੰਟ ਆ ਕੇ ਕਹਿੰਦੇ ਕਿ ਹਾਂ ਵੀ ਮੈਨੂੰ ਮਾਰਿਆ ਕੁੱਟਿਆ ਬਹੁਤ ਬੁਰੀ ਤਰ੍ਹਾਂ, ਓਕੇ, ਸੋ ਜੇ ਤੁਸੀਂ ਪੁਲਿਸ ਨੂੰ ਨਹੀਂ ਰਿਪੋਰਟ ਕੀਤਾ ਤਾਂ ਤੁਸੀਂ ਡਾਕਟਰ ਨੂੰ ਦੱਸਿਆ, ਅਗਰ ਦੱਸਿਆ ਤਾਂ ਉਹਦੇ ਰਿਕਾਰਡਸ ਹੋਣਗੇ, ਠੀਕ, ਅਗਰ ਨਹੀਂ ਦੱਸਿਆ ਦੈਨ ਕਿਉਂ ਨਹੀਂ ਦੱਸਿਆ, ਅਗਰ ਤੁਹਾਨੂੰ ਇੰਨੀ ਬੁਰੀ ਤਰ੍ਹਾਂ ਮਾਰਿਆ ਕੁੱਟਿਆ ਤੁਸੀਂ, ਰਾਈਟ, ਆਈ ਮੀਨ ਲੌਜੀਕਲੀ ਯੂ ਸ਼ੁੱਡ ਹੈਵ ਮੇ ਬੀ ਗੋਨ ਟੂ ਦ ਡਾਕਟਰ, ਸੋ ਆਲ ਦੀਜ਼ ਥਿੰਗਸ ਅਗੈਨ ਐਗਜ਼ੈਜਰੇਟ, ਕਈ ਵਾਰੀ ਸਮ ਪੀਪਲ ਡੂ ਐਗਜ਼ੈਜਰੇਟ ਜੋ ਕਿ ਨਹੀਂ ਕਰਨਾ ਚਾਹੀਦਾ, ਕਿਉਂਕਿ ਜਦੋਂ ਦੂਜੀ ਤਰਫ ਤੋਂ ਜਵਾਬ ਆਏਗਾ ਨਾ ਤੇ ਫਿਰ ਜੱਜ ਉਹ ਦੋਨੋਂ ਚੀਜ਼ਾਂ ਪੜ੍ਹੇਗਾ, ਰਾਈਟ, ਤੇ ਫਿਰ ਉਹ ਤੁਹਾਨੂੰ ਪੁੱਛਣਗੇ ਕਿ ਓਕੇ ਬਈ ਐਡਾ ਵੱਡਾ ਮਸਲਾ ਨਹੀਂ ਸੀ ਜਿੰਨਾ ਤੁਸੀਂ ਹੁਣ ਬਣਾ ਦਿੱਤਾ। ਸੋ ਚੰਦਨ, ਔਨ ਦ ਬੇਸਿਸ ਆਫ ਸਿਵੇਰਿਟੀ ਆਫ ਦ ਕੇਸ ਜਿਹੜਾ ਜੱਜ ਡਿਸਾਈਡ ਕਰਦਾ ਕਿ ਆਰਡਰ ਦੇਣਾ ਕਿ ਨਹੀਂ ਦੇਣਾ। ਬਿਲਕੁਲ, ਬਿਲਕੁਲ। ਅੱਛਾ, ਇੱਕ ਆਮ ਤੌਰ 'ਤੇ ਜਦੋਂ ਸੁਣਿਆ, ਫੋਰ ਐਗਜ਼ਾਮਪਲ, ਲੈਟਸ ਸੇ ਇੱਕ ਐਗਜ਼ਾਮਪਲ ਕਿ 911 ਨੂੰ ਕਾਲ ਕੀਤਾ ਗਿਆ, ਇੱਕ ਲੇਡੀ ਨੇ ਕਾਲ ਕੀਤਾ ਜਾਂ ਬੰਦੇ ਨੇ ਕਾਲ ਕੀਤਾ ਕਿ ਵੀ ਮੇਰੇ ਕੁੱਟ ਰਿਹਾ, ਮਾਰ ਰਿਹਾ ਜਾਂ ਕੁਛ ਹੋਇਆ, ਪੁਲਿਸ ਆ ਜਾਂਦੀ ਹੈ ਉੱਥੇ, ਉਹ ਬੰਦੇ ਨੂੰ ਜਾਂ ਲੇਡੀ ਨੂੰ ਫੜ ਲੈਂਦੀ ਹੈ ਅਤੇ ਉਹ ਲੈ ਜਾਂਦੀ ਹੈ ਜੀ, ਕੀ ਪੁਲਿਸ ਵੀ ਕਹਿ ਸਕਦੀ ਹੈ ਰਿਸਟ੍ਰੇਨਿੰਗ ਆਰਡਰ ਜਾਂ ਇਹ ਜਿਹੜਾ ਆਰਡਰ ਦੇ ਸਕਦੀ ਇਹਨੇ ਵੀ, ਤੂੰ ਇਸ ਸਪੋਜ਼ ਫੋਰ ਐਗਜ਼ਾਮਪਲ ਉਸਨੂੰ ਅਗਲੇ ਦਿਨ ਛੱਡ ਦਿੱਤਾ ਜਾਂਦਾ ਜੀ, ਕੀ ਇਸ ਸਮੇਂ ਦੇ ਦੌਰਾਨ ਪੁਲਿਸ ਵੀ ਕਰ ਸਕਦੀ ਹੈ ਵਿਦਾਊਟ ਗੋਇੰਗ ਟੂ ਦ ਕੋਰਟ ਕਿ ਬਈ ਤੂੰ ਬੰਦਾ ਜਾਂ ਲੇਡੀ ਜਿਹੜੀ ਇਸ ਇਲਾਕੇ 'ਚ ਨਹੀਂ ਜਾਏਗੀ ਜਾਂ ਇਸ ਤਰ੍ਹਾਂ ਹੁੰਦਾ? ਬਿਲਕੁਲ, ਸੋ ਦੇ ਆਰ ਡਿਫਰੈਂਟ, ਸੋ ਜਿਹੜਾ ਕ੍ਰਿਮੀਨਲ ਕੇਸਿਸ ਦੇ ਵਿੱਚ ਹੈ ਉਹਨੂੰ ਪ੍ਰੋਟੈਕਸ਼ਨ ਆਰਡਰ ਜਾਂ ਰਿਸਟ੍ਰੇਨਿੰਗ ਆਰਡਰ ਨਹੀਂ ਕਹਿੰਦੇ, ਠੀਕ ਹੈ, ਉਹਨੂੰ ਨੋ ਕੰਟੈਕਟ ਆਰਡਰ ਕਹਿ ਦਿੰਦੇ ਹਾਂ ਆਪਾਂ, ਰਾਈਟ, ਅਗਰ ਲੈਟਸ ਸੇ 911 ਨੂੰ ਕਾਲ ਗਈ ਹੈ, ਪੁਲਿਸ ਆਈ ਹੈ, ਉਹਨੇ ਅਰੈਸਟ, ਉਹਨਾਂ ਨੇ ਅਰੈਸਟ ਕਰ ਲਿਆ ਹੈ, ਅਤੇ ਜਦੋਂ ਉਹ ਛੱਡਣਗੇ ਉਸ ਵਿਅਕਤੀ ਨੂੰ, ਅਤੇ ਉਹਨਾਂ ਨੇ ਇਟਸ ਕਾਲਡ ਅ ਰਿਕੋਗਨਿਸੈਂਸ, ਓਕੇ, ਉਹਨਾਂ ਨੇ ਕੰਡੀਸ਼ਨਸ 'ਤੇ ਛੱਡਣਾ ਹੈ, ਓਕੇ, ਸੋ ਉਹ ਕੰਡੀਸ਼ਨਸ ਦੇ ਵਿੱਚ ਹੋ ਸਕਦਾ ਹੈ, ਜਨਰਲੀ ਹੁੰਦਾ ਹੈ ਕਿ ਤੁਸੀਂ ਕੰਟੈਕਟ ਨਹੀਂ ਕਰਨਾ, ਤੁਸੀਂ ਨੇੜੇ ਨਹੀਂ ਜਾਣਾ, ਕੋਈ ਵੈਪਨ ਨਹੀਂ ਹੋਣਾ ਚਾਹੀਦਾ ਤੁਹਾਡੇ ਕੋਲ, ਹਾਊਐਵਰ ਜਿਹੜੀਆਂ ਉਹ ਕੰਡੀਸ਼ਨਸ ਨੇ ਉਹਨਾਂ ਦਾ ਕੋਈ ਗਾਰੰਟੀ ਨਹੀਂ ਹੈ ਕਿ ਉਹ ਕਦ ਤੱਕ ਰਹਿਣਗੀਆਂ, ਕਿ ਕਰਾਊਨ ਨੇ ਚਾਰਜਸ ਜਦੋਂ ਲਾਣੇ ਨੇ ਉਹਨਾਂ ਨੇ ਕਿੰਨੀ ਦੇਰ ਪਰਸਿਊ ਕਰਨਾ ਹੈ, ਨਹੀਂ ਕਰਨਾ ਹੈ, ਕਰਾਊਨ ਮੀਨਸ ਜਿਹੜੇ ਸਰਕਾਰੀ ਵਕੀਲ ਹੈ ਜਿਨ੍ਹਾਂ ਨੇ ਵਿਕਟਮ ਦੇ ਬਿਹਾਫ 'ਤੇ ਕੇਸ ਲੜਨਾ ਹੁੰਦਾ ਹੈ, ਸੋ ਉਹ ਕੰਪਲੀਟਲੀ ਡਿਫਰੈਂਟ ਪ੍ਰੋਸੀਜਰ ਹੈ, ਰਾਈਟ, ਅਤੇ ਜਿਹੜਾ ਫੈਮਿਲੀ ਲਾਅ ਦਾ ਹੈ ਉਹ ਵੱਖਰੀ ਚੀਜ਼ ਹੈ। ਸੋ ਫੈਮਿਲੀ ਲਾਅ ਦੇ ਵਿੱਚ ਤੁਸੀਂ ਇਹ ਆਰਡਰ ਜਿਹੜਾ ਤੁਸੀਂ ਲੈ ਲੈਂਦੇ ਹੋ, ਲੇਕਿਨ ਤੁਸੀਂ ਕਿਹਾ ਕਿ ਇਹਦੀ ਜਿਹੜੀ ਟਾਈਮ ਪੀਰੀਅਡ ਹੈ ਉਹ ਲਿਮਿਟਿਡ ਹੁੰਦਾ, ਯਾਨੀ ਕਿ ਸਦਾ ਵਾਸਤੇ ਹੋ ਜਾਂਦਾ ਹੈ ਫਿਰ, ਲੇਕਿਨ ਜੇਕਰ ਜੱਜ ਸਮਝਦਾ ਹੈ ਕਿ ਇਸ ਨੂੰ ਕੰਟੀਨਿਊ ਰੱਖਣਾ, ਉਹ ਵੀ ਫਿਰ ਤੁਸੀਂ ਮੰਗ ਸਕਦੇ ਹੋ ਉਸ ਨੂੰ? ਬਿਲਕੁਲ, ਬਿਲਕੁਲ ਮੰਗ ਸਕਦੇ ਹੋ। ਸੋ ਅਗਰ ਉਸ ਆਰਡਰ 'ਤੇ ਕੁਛ ਨਹੀਂ ਲਿਖਿਆ, ਦੈਨ ਅ ਪ੍ਰੋਟੈਕਸ਼ਨ ਆਰਡਰ 1 ਸਾਲ ਲਈ ਹੁੰਦਾ ਹੈ। ਓਕੇ, ਬਟ ਅਗਰ ਕੇਸ ਦੀ ਸਵੈਰਿਟੀ ਹੋਵੇ, ਦੈਨ ਕੋਰਟ ਇਹ ਆਰਡਰ ਦੇ ਦਿੰਦੀ ਹੈ ਕਿ ਇਹ ਤਦ ਤੱਕ ਲਾਗੂ ਰਹੇਗਾ ਜਦ ਤੱਕ ਇਹਨੂੰ ਕੋਈ ਹੋਰ ਆਰਡਰ ਰਿਪਲੇਸ ਨਹੀਂ ਕਰਦਾ ਜਾਂ ਇਹਨੂੰ ਖਾਰਜ ਨਹੀਂ ਕਰਦਾ। ਸੋ ਇਟ ਡਿਪੈਂਡਸ ਕਿੰਨਾ ਸਿਵੈਰਿਟੀ ਹੈ, ਕੀ ਅਬਿਊਸ ਰਹਿ ਚੁੱਕਾ ਹੈ, ਦੋਨਾਂ ਪਾਰਟੀਜ਼ ਦੇ ਵਿੱਚ ਪਾਵਰ ਇੰਬੈਲੈਂਸ ਕਿੰਨਾ ਹੈ, ਸਾਰੀਆਂ ਚੀਜ਼ਾਂ ਜਿਹੜੀਆਂ ਜੱਜ ਦੇਖਣਗੇ। ਠੀਕ, ਦੂਸਰੇ ਪਾਸੇ ਜਦੋਂ ਇਹ ਆਰਡਰ ਮਿਲ ਗਿਆ, ਸਪੋਜ਼ ਇੱਕ ਦੇ ਖਿਲਾਫ ਮਿਲਿਆ ਹੈਗਾ, ਦੂਸਰਾ ਬੰਦਾ ਉਹਨੂੰ ਉਕਸਾਉਂਦਾ ਹੈਗਾ ਜਾਂ ਪਰੇਸ਼ਾਨ ਕਰਕੇ ਉਸਨੂੰ ਇੰਡਿਊਸ ਕਰਦਾ ਹੈ ਜਾਂ ਇਨਸਾਈਟ ਕਰਦਾ ਹੈਗਾ, ਕੀ ਉਸ ਸਮੇਂ ਵੀ ਉਹ ਆਰਡਰ ਜਿਹੜਾ ਲਾਗੂ ਹੁੰਦਾ ਹੈ ਜਾਂ ਉਹਦੇ ਵਿੱਚ ਵੀ ਫਿਰ ਅਗੇਨ ਕੇਸ ਬਾਈ ਕੇਸ ਜਿਹੜਾ ਤੁਸੀਂ ਉਸਨੂੰ ਪ੍ਰਜੈਂਟ ਕਰਦੇ ਹੋ ਅਤੇ ਫਿਰ ਜੱਜ ਜਿਹੜਾ ਹੈਗਾ ਉੱਤੇ ਫੈਸਲਾ ਕਰਦਾ? ਕੇਸ ਬਾਈ ਕੇਸ, ਸੋ ਲੈਟਸ ਸੇ ਫੋਰ ਐਗਜ਼ਾਮਪਲ ਦੂਜੀ ਪਾਰਟੀ ਦੇ ਕੋਲ ਪ੍ਰੋਟੈਕਸ਼ਨ ਆਰਡਰ ਹੈ, ਐਂਡ ਮੇਰਾ ਕਲਾਇੰਟ ਹੈ, ਲੈਟਸ ਸੇ ਮੇਰਾ ਕਲਾਇੰਟ ਹੈ, ਉਹ ਨੇੜੇ ਨਹੀਂ ਜਾ ਸਕਦਾ ਉਹਦੇ, ਹਾਊਐਵਰ ਜਿਹੜੀ ਦੂਜੀ ਪਾਰਟੀ ਹੈ ਉਹਨੂੰ ਈਮੇਲਸ ਭੇਜੀ ਜਾ ਰਹੇ ਹੈ, ਉਹਨੂੰ ਟੈਕਸਟ ਮੈਸੇਜ ਭੇਜੀ ਜਾ ਰਹੇ ਹੈ, ਜਾਂ ਉਹਨੂੰ ਕਹਿ ਰਹੇ ਹੈ ਕਿ ਹਾਂ ਤੂੰ ਮੇਰੇ ਘਰੇ ਨਹੀਂ ਆ ਸਕਦਾ ਲੇਕਿਨ ਤੂੰ ਬੱਚੇ ਇੱਥੋਂ ਹੀ ਚੱਕ ਲਾ। ਨਾਓ ਜਦੋਂ ਇਹੋ ਜਿਹੇ ਲੈ ਕੇ ਸਾਡੇ ਈਮੇਲਸ ਜਾਂ ਟੈਕਸਟ ਮੈਸੇਜ ਇਹ ਸਾਰਾ ਲਿਖਤੀ ਹੈ, ਠੀਕ, ਠੀਕ ਹੈ, ਅਗਰ ਇਹ ਹੈ, ਇਹ ਸਬੂਤ ਹੈ, ਦੈਨ ਆਈ ਵਿਲ ਗੋ ਇਨ ਟੂ ਕੋਰਟ, ਅਤੇ ਮੈਂ ਕਹਾਂਗੀ ਕਿ ਓਕੇ ਓਬਵੀਅਸਲੀ ਇਹਨੂੰ ਕੋਈ ਡਰ ਨਹੀਂ ਹੈ, ਰਾਈਟ, ਕਿਉਂਕਿ ਇਹ ਕਲੀਅਰਲੀ ਉਹਨੂੰ ਇਨਵਾਈਟ ਕਰ ਰਿਹਾ ਕਿ ਆ ਜਾਓ ਮੇਰੇ ਘਰੇ ਆ ਕੇ ਬੱਚੇ ਚੱਕ ਲਓ, ਠੀਕ, ਜਾਂ ਇਹ ਬਾਰ ਬਾਰ ਉਹਨੂੰ ਈਮੇਲਸ ਕਰ ਰਹੇ ਆ ਜਾਂ ਉਹਨੂੰ ਬਾਰ ਬਾਰ ਟੈਕਸਟ ਮੈਸੇਜ ਕਰ ਰਹੇ ਆ, ਠੀਕ, ਸੋ ਇਹਦਾ ਮਤਲਬ ਹੈ ਕਿ ਜੋ ਇਹਨਾਂ ਨੇ ਕੋਰਟ ਦੇ ਵਿੱਚ ਗਵਾਹੀ ਪਾਈ ਹੈ ਉਹ ਠੀਕ ਨਹੀਂ, ਉਹ ਠੀਕ ਨਹੀਂ, ਉਸ ਪੂਰੀ ਤਰ੍ਹਾਂ ਨਾਲ ਉਹਦੇ ਸੱਚਾਈ ਨਹੀਂ ਹੈ, ਰਾਈਟ, ਸੋ ਇਹ ਜਿਹੜਾ ਪ੍ਰੋਟੈਕਸ਼ਨ ਆਰਡਰ ਹੈ ਇਹਨੂੰ ਖਤਮ ਕਰੋ, ਰਾਈਟ। ਵਿਦ ਯੋਰ ਐਕਸਪੀਰੀਅੰਸ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਜਿਹੜੇ ਪ੍ਰੋਟੈਕਸ਼ਨ ਆਰਡਰਸ ਜੋ ਦਿੱਤੇ ਜਾਂਦੇ ਨੇ, ਕੋਈ ਐਨੀ ਸਪੈਸੀਫਿਕ ਥਿੰਗ ਜਿਹੜੀ ਤੁਸੀਂ ਚਾਹੁੰਦੇ ਹੋ ਕਿ ਦਰਸ਼ਕਾਂ ਨੂੰ ਪਤਾ ਹੋਵੇ? ਜੀ, ਸੋ ਜਦੋਂ ਜਿਹਨੂੰ ਪ੍ਰੋਟੈਕਸ਼ਨ ਆਰਡਰ ਚਾਹੀਦਾ ਹੈ,
ਆਪਣੇ ਵਕੀਲ ਨੂੰ ਤੁਸੀਂ ਪੂਰੀ ਡਿਟੇਲ ਦਿਓ ਕਿ ਤੁਹਾਡੇ ਪਿਛਲੀ ਜੋ ਲਾਈਫ ਹੈ ਜਾਂ ਜੋ ਸੈਪਰੇਸ਼ਨ ਤੋਂ ਪਹਿਲਾਂ ਜੋ ਤੁਹਾਡੇ ਨਾਲ ਹੋ ਚੁੱਕਾ ਇੰਸੀਡੈਂਟ ਉਹ ਕੀ ਹੋਏ ਨੇ। ਅਗਰ ਵਕੀਲ ਤੁਹਾਨੂੰ ਘੋਕ ਕੇ ਪੁੱਛਦੇ ਨੇ ਕਿ ਹਾਂਜੀ ਕਦੋਂ ਹੋਇਆ ਸੀ, ਕਿੱਦਾਂ ਹੋਇਆ ਸੀ, ਉਹ ਇਨਸੈਂਸਿਟੀਵਿਟੀ ਨਹੀਂ ਹੈ ਔਰ ਜਾਣ ਕੇ ਤੁਹਾਨੂੰ ਦੁੱਖ ਨਹੀਂ ਪਹੁੰਚਾ ਰਹੇ। ਇਹ ਸਾਰੀਆਂ ਚੀਜ਼ਾਂ ਬਹੁਤ ਜ਼ਰੂਰੀ ਨੇ ਆਰਡਰਸ ਲੈਣ ਵਾਸਤੇ। ਅਤੇ ਅਗਰ ਤੁਹਾਡੇ ਖਿਲਾਫ ਹੈ ਆਰਡਰ ਤਾਂ ਤੁਸੀਂ ਉਸ ਆਰਡਰ ਦੀ ਉਲੰਘਣਾ ਨਾ ਕਰੋ, ਠੀਕ, ਕਿਉਂਕਿ ਤੁਹਾਨੂੰ ਫਿਰ ਇੱਕ ਤਾਂ ਪੁਲਿਸ ਤੋਂ ਸਜ਼ਾ ਹੋਏਗੀ ਕਿਉਂਕਿ ਉਹ ਕ੍ਰਿਮੀਨਲ ਅਫੈਂਸ ਹੈ। ਹੁਣ ਅਗਰ ਤੁਸੀਂ ਪ੍ਰੋਟੈਕਸ਼ਨ ਆਰਡਰ ਨੂੰ ਬ੍ਰੀਚ ਕਰਦੇ ਹੋ ਤਾਂ ਤੁਹਾਡੇ 'ਤੇ ਚਾਰਜਿਸ ਪੈਣਗੇ। ਓਕੇ, ਅਤੇ ਦੂਜਾ ਫੈਮਿਲੀ ਕੋਰਟ ਦੇ ਵਿੱਚ ਵੀ ਤੁਹਾਡੀ ਕੋਈ ਅੱਛਾ ਤਾਂ ਉਹਨੂੰ ਕੋਈ ਵੀ ਨਹੀਂ ਸਮਝੇਗਾ ਕਿ ਆਰਡਰ ਹੁੰਦੇ ਹੋਏ ਤੁਸੀਂ ਉਹਦੀ ਉਲੰਘਣਾ ਕਰ ਰਹੇ ਹੋ। ਸੋ ਅਗਰ ਉਹਨੂੰ ਪਾਸੇ ਲਾਉਣਾ ਹੈ ਦੈਨ ਪ੍ਰੋਪਰਲੀ ਆਪਣੇ ਵਕੀਲ ਦੇ ਥਰੂ ਪ੍ਰੋਟੈਕਸ਼ਨ ਆਰਡਰ ਨੂੰ ਖਾਰਜ ਕਰੋ। ਠੀਕ, ਥੈਂਕ ਯੂ ਵੈਰੀ ਮੱਚ।